ਪਿਛਲੇ 2-3 ਮਹੀਨਿਆਂ ਤੋਂ ਅਸੀਂ ਪੂਰੀ ਰੌਣਕ 'ਚ ਰਹੇ ਹਾਂ, ਘਰੇ ਪੂਰੀ ਰੌਣਕ ਰਹੀ ਆ। ਹੁਣ ਇੱਕਦਮ ਹੀ ਸਾਰੀ ਰੌਣਕ ਚਲੀ ਗਈ, ਘਰ ਇੱਕਦਮ ਸੁੰਨਸੁੰਨਾ ਹੋ ਗਿਆ ਅਤੇ ਅਸੀਂ ਫਿਰ ਇੱਕ ਵਾਰੀ ਇਕੱਲੇ ਰਹਿ ਗਏ। ਸੋ ਵੈਲਕਮ ਬੈਕ ਟੂ ਗਾਈਸ, ਆਈ ਹੋਪ ਐਵਰੀਵਨ ਇਜ਼ ਡੂਇੰਗ ਗ੍ਰੇਟ। ਪਰ ਇੱਕ ਗੱਲ ਆ ਕਿ ਹੁਣ ਆਪਾਂ ਬੈਕ ਟੂ ਵਰਕ, ਕੋਸ਼ਿਸ਼ ਕਰਾਂਗੇ ਕਿ ਹਰ ਰੋਜ਼ ਜਾਂ ਹਫ਼ਤੇ 'ਚ 5 ਬਲੌਗ ਜਾਂ ਮਹੀਨੇ 'ਚ 20 ਤੋਂ 25 ਬਲੌਗ ਅਪਲੋਡ ਕਰਦੇ ਰਹੀਏ। ਬਥੇਰੇ ਵਿਹਲੇ ਰਹਿ ਕੇ ਖਾ ਲਈਆਂ। ਗੁੱਡ ਮਾਰਨਿੰਗ, ਹੈਲੋ ਕਰ ਜੀ, ਹੈਲੋ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ, ਓ ਸਤਿ ਸ਼੍ਰੀ ਅਕਾਲ ਬਾਈ, ਨਾਟ ਇੰਟਰਸਟਡ, ਸਤਿ ਸ਼੍ਰੀ ਅਕਾਲ। ਅੱਜ ਕੱਲ੍ਹ ਘਰ 'ਚ ਜਿੱਥੇ ਵੀ ਜਾ ਕੇ ਬਹਿਨੇ ਆ ਨਾ, ਮੇਲਾ ਹੀ ਲੱਗ ਜਾਂਦਾ ਮੱਖੀਆਂ ਦਾ, ਕਿਉਂਕਿ ਗੰਦ ਸਾਰੇ ਕਿਤੇ ਆ ਪਾਇਆ ਹੁੰਦਾ। ਹੁਣ ਹੈਂ, ਹੁਣ ਇਹਨੇ ਅੱਖ ਕੁਛ ਮਾਰਿਆ ਹੋਇਆ, ਅੱਜ ਇਹਦੀ ਇੱਕ ਅੱਖ ਦੁਖਦੀ ਹੈ। ਚਲੋ ਚੱਲੀਏ ਪਿੰਡ ਨੂੰ। ਗੱਡੀਆਂ ਦੋਨਾਂ ਦਾ ਬੁਰਾ ਹਾਲ ਆ, ਇਹਦੀ ਤਾਂ ਸਰਵਿਸ ਵੀ ਡਿਊ ਆ, ਅਸੀਂ ਲੈ ਚੱਲਦੇ ਹਾਂ। ਚਵਾਈ ਘਸੀਆਂ ਪਈਆਂ ਨੇ ਟਾਇਰਾਂ ਦਾ, ਦੇਖੋ ਕੀ ਹਾਲ ਆ, ਜਮਾਂ ਹੀ ਚਿੱਟੇ ਤੋਂ ਕਾਲੇ ਹੋਏ ਪਏ ਆ, ਟਾਇਰ ਨਹੀਂ ਅਲਾਏ। ਅੱਜ ਦਾ ਆਪਣਾ ਪਲੈਨ ਆ, ਆਪਾਂ ਚੱਲੇ ਹਾਂ ਬੰਧੇਰਖੇੜੀ। ਬੰਧੇਰਖੇੜੀ ਆਪਣੇ ਘਰ ਦਾ ਕੰਮ ਹੈਗਾ ਖੜਾ ਖੜਾ। ਇਹ ਚੱਕਰ 'ਚ ਕਿ ਬਹੁਤਾ ਟਾਈਮ ਹੋ ਗਿਆ ਪਿੰਡਾਂ ਲੱਤਿਆ ਨਹੀਂ ਦਿੰਦਿਆ ਹੋਇਆ। ਪਿਛਲੇ ਇੰਨੇ ਟਾਈਮ 'ਚ ਅਸੀਂ ਇੱਕ ਵਾਰੀ ਪਿੰਡ ਗਏ ਹਾਂ, ਉਹ ਵੀ ਉਤਨੇ ਗਏ ਹਾਂ ਜਿਤਨੇ ਮਾਮੇ ਉਹਨਾਂ ਦੇ ਨਾਲ ਹੀ ਮਿਲਣ ਗਏ ਸੀ। ਆਪਣੇ ਜਿਹੜੇ ਦੂਜੇ ਮਿਸਤਰੀ ਸੀਗੇ ਚੜਾਈ ਵਾਲੇ, ਉਹ ਦਾ ਸਾਰਾ ਪਲਸਤਰ ਕਰਕੇ ਫਰਸ਼ ਫੁਰਸ਼ ਲਾ ਕੇ ਹੁਣ ਆਪਣੇ ਪਲੰਬਰ ਦਾ ਕੰਮ ਅੜਿਆ ਹੋਇਆ। ਜੇ ਉਹਨੂੰ ਆਪਾਂ ਪੈਪਾਂ ਲਿਆ ਕੇ ਦੇਵਾਂਗੇ ਤਾਂ ਆਪਣਾ ਸੀਵਰੇਜ ਵਾਲਾ ਕੰਮ ਹੋਊਗਾ। ਅਤੇ ਅੱਜ ਹੁਣ ਭਦੇਰਖੇੜੀ ਜਾਵਾਂਗੇ, ਉੱਥੋਂ ਹਰਪਿੰਦਰ ਦੇ ਨਾਲ ਜਾਵਾਂਗੇ ਮਲੇਰਕੋਟਲੇ, ਅਤੇ ਉੱਥੋਂ ਸਮਾਨ ਲਿਆਵਾਂਗੇ ਅਤੇ ਆਪਣਾ ਰਣਸ਼ੀਰ ਘਰੇ ਸਿਮ ਕੇ ਰਹਿਣਾ ਮੈਂ ਖੇਡ ਲੂੰਗਾ। ਹਾਂਜੀ ਹਾਂਜੀ, ਨਾਲੇ ਘਰ ਬਾਰ ਦੇਖ ਲੈਣਗੇ। ਹਾਂਜੀ ਰਣਸ਼ੀਰ ਜੀ, ਵਾਹਿਗੁਰੂ ਸਤਨਾਮ। ਨਹੀਂ ਨਹੀਂ, ਜਦੋਂ ਅਸੀਂ ਕੁਛ ਕਹਿ ਦਈਏ ਉਦੋਂ ਨਹੀਂ ਅਸੀਂ ਕੁਛ ਕਹਿਣਾ। ਕੀ ਲੈਣਾ ਸੀ ਜੀਜੀ? ਜੀਜੀ ਲੈਣੀ ਸੀ? ਕਿੱਥੇ ਸੀ ਜੀਜੀ? ਆਹ ਤਾਂ ਬਈ ਕੰਮ ਗਲਤ ਹੋ ਗਿਆ। ਹੁਣ ਜਿੱਥੇ ਵੀ ਇਹਨੂੰ ਲੇਸ ਦੇ ਪੈਕਟ ਟੰਗੇ ਦੀਂਦੇ ਆ, ਜਦੀ ਕਰਨ ਆ ਜਾਂਦਾ ਚੀਜੀ ਚੀਜੀ। ਸਾਡਾ ਧਿਆਨ ਨਹੀਂ ਗਿਆ ਹੈਗਾ, ਇਹਨੇ ਦੋ ਜਗ੍ਹਾ ਦੇ ਲਏ, ਜਦੀ ਰੌਣਾ ਪਾਉਂਦਾ ਚੀਜੀ। ਮੈਂ ਤੇ ਬਰਿੰਦਰ ਕੱਲ ਪਰਸੋਂ ਦਿਨ ਕਿੱਥੋਂ ਆਉਂਦੇ ਸੀਗੇ ਅਸੀਂ, ਇਹ ਮੇਰੀ ਗੋਦੀ 'ਚ, ਇਹ ਨਾ ਉੱਥੇ ਸੀਗਾ ਤਾਂ ਸੀਗਾ ਦੂਜਾ ਆਪਣਾ ਜਿਹਾ ਮੋਟਰਸਾਈਕਲ ਤੇ ਘਰ ਦਾ ਸਮਾਨ ਹੁੰਦਾ ਵਾ, ਵੀ ਜਿਵੇਂ ਆਹ ਸਾਬਣ ਦਾ ਨੇ ਦੁਨੀਆ, ਉਹ ਸੀਗਾ ਰੰਗਦਾਰ ਜਿਹਾ, ਦੇ ਕਰਨ ਲੱਗ ਗਿਆ ਬੁੱਬਾ ਬੁੱਬਾ, ਅਸੀਂ ਗੱਡੀ ਮੋੜ ਲਈ ਵੀ ਸੱਚੀ ਹੋਊਗਾ ਉੱਥੇ, ਪਰ ਨਿਕਲਿਆ ਉਹ ਬੱਬੂ। ਕੋਈ ਨੀ ਪੁੱਤ, ਜੇ ਅੱਜ ਮਿਲਿਆ ਲੈ ਕੇ ਦੇਵਾਂਗੇ, ਠੀਕ ਆ? ਓਕੇ ਹਾਂ, ਲਵਾਂਗੇ ਆਪਾਂ। ਜਦ ਨੂੰ ਅਸੀਂ ਆਏ ਕਿਰਨ ਵੀ ਜਦ ਨੂੰ ਘਰੇ ਆ ਗਈ। ਕੌਣ ਸੀ? ਨਿੰਨ ਪੁੱਤ, ਦੀਦੀ ਆ, ਦੀਦੀ ਆ। ਸਿਮਰ ਆ ਗਈ ਹੋ? ਅੱਛਾ ਬਾਅਦ ਚ ਆਉਂਦੀ ਆ, ਠੀਕ ਆ। ਕਿਰਨ ਵਾਲੇ ਸਕੂਲ ਤੋਂ ਆਈ ਸੀ, ਬੱਸ ਉਤਰਦੀ ਸੀਗੀ ਰਣਸ਼ੇਰ ਤਾਂ ਮਗਰ ਹੀ ਉਤਰ ਗਿਆ, ਮੈਂ ਹੁਣ ਇੱਧਰ ਲੈ ਕੇ ਆ ਗਿਆ, ਰਣਸ਼ੇਰ ਤਾਂ ਕਿਰਨ ਦੇ ਨਾਲ ਹੀ ਚਲਿਆ ਗਿਆ। ਹਰਪਿੰਦਰ ਦੁਪਹਿਰ ਦਾ ਤਿਆਰ ਬੈਠਾ, 1 ਵਜੇ ਦਾ, 3 ਕੀ ਵੱਜਿਆ ਦੱਸਲੇ, ਬੜਾ ਲੇਟ ਤਾਂ ਨਹੀਂ ਹੋਏ? ਦੋ ਕੁ ਘੰਟੇ ਬਾਹਰ ਸਿਮ ਆ ਗਈ। ਜੀਜੀ ਕਿੱਥੇ ਆ? ਜੀਜੀ ਚਾਚੀ ਹੈਲੋ ਹੈਲੋ, ਬਹੁਤ ਸ਼ੁਕਰ ਆ ਜੀ, ਚਾਚੀ ਵੀ ਦੀ ਗਈ ਹੈ।
ਕੀ ਲੈ ਕੇ ਆਉਣਾ ਮੈਂ ਪਰਸ ਚੱਕਿਆ ਵਾ ਚੀਜੀ ਠੀਕ ਆ ਮੰਮਾ ਨੂੰ ਪੈਸੇ ਦੇ ਦੇ ਮੰਮਾ ਨੂੰ ਪੈਸੇ ਦੇ ਦੇ ਮੈਨੂੰ ਵੀ ਦੇ ਲਿਆ ਉਹ ਕਹਿੰਦੇ ਤਾਂ ਬਾਲੀ ਹੀ ਆ ਗਈ ਆ ਓਕੇ ਠੀਕ ਆ ਠੀਕ ਆ ਚੀਜੀਆ ਲਿਆ ਆਈ ਠੀਕ ਆ ਫਿਰ ਸਾਨੂੰ ਦਿੰਦੀ ਭੈਣੇ ਪਰਸ ਚ ਕਿਵੇਂ ਪਾਉਂਦਾ ਪੈਸੇ ਮੁੰਡਾ ਲੈ ਲੈ ਪਰਸ ਚ ਪਾ ਲਾ ਸਾਰੇ ਬੈਗ ਚ ਪਾ ਲਾ ਬਾਏ ਪੁੱਤ ਸ਼ੋਪਿੰਗ ਕਰਿਆ ਮੰਮਾ ਲਈ ਵੀ ਲਿਆਈ ਕੁਛ ਚੰਗਾ ਮੈਨੂੰ ਵੀ ਲਿਆਈ ਠੀਕ ਆ ਉਹਦੇ ਡੈਡੀ ਦੇ ਦਾ ਡੈਡੀ ਦੇ ਉਹਦਾ ਹਾਂਜੀ ਕੁਛ ਨਹੀਂ ਮੇਰੇ ਕੋ ਅੱਜ ਮਲੇਰਕੋਟਲੇ ਪਤਾ ਨਹੀਂ ਕਿਹੜੀ ਗੱਲ ਦਾ ਜਾਮ ਆ ਸਾਨੂੰ 10 ਕਿ ਮਿੰਟ ਹੋ ਗਏ ਇੱਥੇ ਖੜਿਆਂ ਨੂੰ ਮੱਲਾ ਤਾਂ ਹੀ ਮੁੜਨਾ ਪੈਣਾ ਉਧਰੋਂ ਵੀ ਗੱਡੀਆਂ ਵਾਪਸ ਆਉਣ ਲੱਗ ਗਈਆਂ ਆ ਟੱਪਕੀ ਗਈ ਸੀ ਨਾ ਪਰਲੇ ਵਾਲੀ ਮੁੜਿਆ ਪਰ ਬੱਸ ਨਹੀਂ ਮੁੜੀ ਇੱਕ ਬੱਸ ਵੀ ਗਈ ਸੀ ਇੱਕ ਬੱਸ ਹੋਰ ਚੱਲੀ ਰੋਂਗ ਸਾਈਡ ਤੋਂ ਹੀ ਚੱਲ ਇਹਨਾਂ ਦਾ ਕੰਮ ਬਾਹਲਾ ਜ਼ਰੂਰੀ ਆ ਪੰਦੇਰ ਖੇੜੀ ਤੋਂ ਮਲੇਰਕੋਟਲੇ ਆਉਣ ਨੂੰ 15-20 ਮਿੰਟ ਲੱਗ ਜਾਂਦੇ ਆ ਪਰ ਅੱਜ ਅਸੀਂ ਪਹੁੰਚੇ ਸੀ 1.5 ਘੰਟੇ 'ਚ ਹੁਣ ਜਾਣ ਲੱਗੇ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ ਆਪਣਾ ਇੱਥੇ ਸਾਰਾ ਕੰਮ ਕਾਰ ਹੋ ਗਿਆ ਹੁਣ ਸਿੱਧਾ ਘਰ ਹੀ ਜਾਣਾ ਗਰਮੀ ਵੱਧ ਨਹੀਂ ਗਈ ਅਜੇ ਵੀ ਕੁਛ ਮਲੇਰਕੋਟਲੇ ਆਏ ਹੋਏ ਸੀਗੇ ਰੋਟੀ ਦਾ ਟਾਈਮ ਸੀਗਾ ਸੋਚਿਆ ਇੱਥੇ ਦੀ ਸਭ ਤੋਂ ਫੇਮਸ ਜਗ੍ਹਾ 'ਤੇ ਰੋਟੀ ਖਾ ਕੇ ਜਾਈਏ ਮਤਲਬ ਜੀਰੂ ਰਹਿਮਾਨੀ ਮਟਨ ਪੁਆਇੰਟ ਸਿਮਰ ਤੇ ਕਿਰਨ ਚਾਹ ਚ ਬ੍ਰੈਡ ਚੂਰੀ ਬੈਠੀਆਂ ਸੀ ਕਹਿੰਦਾ ਉਵੇਂ ਹੀ ਖਾਣਾ ਵਾ ਹੁਣ ਆਪ ਘੱਟ ਸੀ ਕੱਪੜਿਆਂ ਨੂੰ ਵੱਧ ਖਿਲਾਇਆ ਵਾ ਓਏ ਖਾ ਲਾ ਪੁੱਤ ਇਹਨੂੰ ਐ ਖਾਈ ਦਿੰਦਾ ਆਦਿਆਂ ਕਰਕੇ ਆ ਹਾਂ ਥੋੜਾ ਜਿਹਾ ਹੋਰ ਐ ਕਰਕੇ ਇੱਕ ਸਾਨੂੰ ਆ ਚਮਚਾ ਸੋਹਣਾ ਲੱਗਿਆ ਜੀ ਭਾਈ ਕਿਉਂ ਹੁਣ ਖਾਂਦਾ ਥੱਕ ਗਿਆ ਹੁਣ ਢੂ ਲਾ ਲਈ ਹੈ ਖਾ ਲਾ ਖਾ ਲਾ ਹਾਂ ਗੁੱਡ ਜੋਬ ਖਾਣਾ ਸਿੱਖ ਚਮਚੇ ਨਾਲ ਘਟੂ ਨੀ ਵਧੂ ਹੁਣ ਤੇਰੀ ਮੰਮੀ ਦਾ ਵਧਾ ਤਾ ਸਾਰੀ ਚਾਦਰ ਲਪੇੜਤੀ ਇਹਨੇ ਬਈ ਇੰਨਾ ਸਸਤਾ ਨਾ ਚਿਕਨ ਦਾ ਰੋਟੀ ਖਾਣਾ ਕਿਤੇ ਵੀ ਨਹੀਂ ਹੈਗਾ ਸਾਡਾ ਸਿਰਫ ਹੀ ਬਿੱਲ ਬਣਿਆ 360 ਰੁਪਏ 6 ਖਾਧੀਆਂ ਰੋਟੀਆਂ 10 ਰੁਪਏ ਦੀ ਰੋਟੀ ਆ ਰਹੀ ਰੁਮਾਲੀ ਰੋਟੀ ਦੂਜੀ ਤਾਂ ਮਹਿੰਗੀ ਹੁੰਦੀ ਉਹ 20 ਦੀ ਹੋਊ ਨਾ
15 ਦੀ ਹੋਊ ਨਾ, ਪਰ ਨਹੀਂ ਤਾਂ ਅੱਜ ਕੱਲ੍ਹ ਆਮ ਢਾਬੇ ਦੇ ਵੀ ਰੋਟੀ 30 ਰੁਪਏ ਦੀ ਹੁੰਦੀ ਹੈ। ਜੀਰੋ ਰਹਿਮਾਨੀ ਨਾਲੇ ਰੋਟੀ ਮੁਰਕੇ ਨਾਲ ਖਾਧੀ 360 ਚ ਦੋ ਜਾਣਿਆਂ ਨੇ, ਉਹ ਦੱਸਣਾ ਤਾਂ ਭੁੱਲ ਹੀ ਗਿਆ ਸੀ ਮੇਨ ਪੁਆਇੰਟ। ਅੱਜ ਵੀ ਸਿਮ ਸਾਡੇ ਨਾਲ ਹੀ ਚੱਲੀ ਹੈ। ਬਾਏ, ਤੂੰ ਕਿਹਨੂੰ ਬਾਏ ਕਰਦਾ? ਬਹੂ ਨੂੰ ਬਾਏ ਕਰਦਾ। ਚਲੋ ਚੱਲੀਏ। ਹਰਪਿੰਦਰਾ ਦੇਖੋ ਕਿਵੇਂ ਖੜਾ ਵਾ, ਟੇਢਾ ਜਿਹਾ ਵਾ। ਜਿਹੜਾ ਗਾਣਾ ਨਹੀਂ ਸੀ ਆਇਆ, ਜਿਹੜਾ ਆਏ ਜੀ, ਉਹ ਆਏ ਜੀ ਕਰਕੇ ਡਾਂਸ ਕਰਦਾ ਹੁੰਦਾ ਸੀ। ਇਹ ਤੈਨੂੰ ਕੋਈ ਪਤਾ ਕੁਛ ਨਹੀਂ ਹੁੰਦਾ ਯਾਰ, ਸਾਊਥ ਦੀ ਫਿਲਮ ਦਾ ਗਾਣਾ ਸੀ ਉਹ। ਜਿਹੜਾ ਟੇਢਾ ਜਿਹਾ ਕੋਈ ਇੱਕ ਪਾਸੇ ਨੂੰ ਤੁਰ ਤੁਰਦੇ ਹੁੰਦੇ ਸੀ। ਦੱਸਿਓ ਸਮਝ ਕੇ ਕਿਹੜੀ ਗੱਲ ਕਰ ਰਿਹਾ ਮੈਂ ਤੇ ਪੱਕੀ ਗੱਲ ਨਾਲ ਹੀ ਜਾਣਾ। ਚਲੋ ਚਲੋ ਬਸ ਬਹਿ ਗਈ ਹੁਣ, ਬੱਚੇ ਤੋਰ ਲਾ। ਚਲੋ ਚਲੋ ਆ ਗਈ ਡਸਟੀ ਨਿਸ਼ੇ ਦੇ। ਚਲ ਬਾਏ ਬਾਏ ਜੀ, ਬਾਏ ਕਰ ਦੇ ਦੀਦੀ ਨੂੰ, ਬਾਏ ਕਰ ਦੇ ਦੀਦੀ ਨੂੰ, ਬਾਏ ਕਰ ਦੇ ਤੇਰ ਪੈਣ ਉਹਨਾਂ ਚ। ਅੱਜ ਸਿਮ ਕਰਨ ਦਾ ਪੂਰਾ ਜ਼ੋਰ ਲੱਗਾ ਸੀਗਾ ਵੀ ਅਸੀਂ ਰਹਿ ਪਈਏ ਤੇ ਉਹਨਾਂ ਦੀ ਕੱਲ ਨੂੰ ਛੁੱਟੀ ਹੋ ਜਾਵੇ, ਬਸ ਉਹਨਾਂ ਦਾ ਇਹ ਪਲਾਨ ਸੀਗਾ। ਕਿਉਂਕਿ ਹੁਣ ਕਿੰਨਾ ਹੀ ਟਾਈਮ ਹੋ ਗਿਆ ਸਾਤੋਂ ਪਿੰਡ ਰਾਤ ਨਹੀਂ ਰਹਿ ਹੋਇਆ ਹੈਗਾ, ਫਿਰ ਅਸੀਂ ਪਲਾਨ ਬਣਾਇਆ ਵੀ ਜਿਸ ਦਿਨ ਉਹਨਾਂ ਨੂੰ ਛੁੱਟੀ ਹੋਊਗੀ ਉਸ ਦਿਨ ਰਵਾਂਗੇ, ਨਾਲੇ ਕਚੌਰੀਆਂ ਬਣਾਵਾਂਗੇ ਤੇ ਨਾਲੇ ਖਾਵਾਂਗੇ। ਕਿਉਂ ਜੀ, ਅਖੀਰਲੀ ਗੱਲ ਇਹਦਾ ਕੀ ਲਿਖੀ ਰੱਖਤਾ? ਸਹੀ ਗੱਲ ਆ, ਹਾਂਜੀ ਹੁਣ ਅਸੀਂ ਪਲਾਨ ਕੀਤਾ ਭੈਣ ਕੇ, ਜੇ ਜੇ ਤੁਸੀਂ ਆਉਣਾ ਹੋਊਗਾ ਮੈਨੂੰ ਪਹਿਲੇ ਹੀ ਦੱਸ ਦਿਓ, ਮੈਂ ਪਹਿਲੇ ਹੀ ਆਲੂ ਪਾਲ ਕੇ ਰੱਖ ਲੈਣੇ ਆ। ਹਾਂਜੀ ਪੁੱਤ, ਚਿੜੀਆਂ ਸੀ? ਹਾਂ ਬੰਬੀਆਂ ਸਾਰੀਆਂ ਚਿੜੀਆਂ ਉਹਦੇ ਉੱਪਰ ਆ ਕਦੇ ਕਿੰਨੀਆਂ ਚਿੜੀਆਂ ਉੱਡੀਆਂ ਫਿਰਦੇ ਜੀ ਸ਼ੀਸ਼ੇ ਚ ਦੇਖੀਆਂ, ਕਿੰਨੀਆਂ ਨੇ ਬਹੁਤ ਨੇ ਉੱਤੇ, ਦਿਖਾ ਤਾਂ ਰਹੀ ਆ ਪਿੰਦਰ। ਥੋੜੋ ਡਰ ਕੇ ਭੱਜੀਆਂ ਨੇ ਉਹ, ਉਹਨਾਂ ਨੂੰ ਵਿਚਾਰਿਆਂ ਨੂੰ ਰਹਿਣ ਨੂੰ ਜਗ੍ਹਾ ਨੀ ਮਿਲਦੀ ਤਾਂ ਚੱਲੀਆਂ ਗਈਆਂ। ਪਤਾ ਨੀ ਕਿਹੜੀ ਗੱਲ ਮੈਂ ਕਹਿਣਾ ਕੀ ਫੜ ਲੈ। ਚਲੋ ਬਈ ਹੁਣ ਘਰ ਨੂੰ ਚੱਲੀਏ, ਅਸੀਂ ਥੋੜੇ ਜਿਹੇ ਸੁਸਤ ਆ ਕਿਉਂਕਿ ਮੈਂ ਤੇਰੇ ਨਾਲ ਸ਼ੇਰ ਸੁੱਤੇ ਪਏ ਉੱਠ ਗਿਆ। ਵਾਹਿਗੁਰੂ। ਟਾਈਮ 7:30 ਹੋ ਗਏ ਤੇ ਅਸੀਂ ਹੁਣੀ ਘਰੇ ਆਏ ਹਾਂ ਤੇ ਅੱਜ ਹੁਣ ਮੈਂ ਜਾ ਕੇ ਸਨੀ ਨੂੰ ਵੀ ਮਿਲਾਂ ਵਾਂ, ਕਿਉਂਕਿ ਪਿਛਲੇ 8 ਦਿਨ ਹੋ ਗਏ ਉਹਨੂੰ ਵੀ ਮਿਲ ਨਹੀਂ ਹੋਇਆ। 8-9 ਦਿਨ ਕੀ, ਹਾਂ 8-9 ਦਿਨ ਹੀ ਹੋਏ ਆ, ਕਿਉਂਕਿ ਪਾਠ ਵਾਲੇ ਦਿਨ ਉਹ ਘਰੇ ਆ ਗਿਆ ਸੀਗਾ ਅਤੇ ਅੱਜ ਦੇ ਕੋਲ ਜਾਇਆ ਵਾਂ। ਪਹਿਲਾਂ ਸਾਡਾ ਪਲਾਨ ਸੀਗਾ ਕੱਲ੍ਹ ਦਾ, ਪਰ ਕੱਲ੍ਹ ਨੂੰ ਸਨੀ ਬਿਜ਼ੀ ਆ ਅਤੇ ਪਰਸ ਨੂੰ ਮੈਂ ਬਿਜ਼ੀ ਹਾਂ। ਮੈਂ ਸੋਚਿਆ ਘੰਟਾ ਡੇਢ ਘੰਟਾ ਹੁਣ ਹੀ ਜਾਇਆ ਵਾਂ, ਜੀ ਜਿਹਾ ਲੱਗ ਜੂਗਾ। ਅੱਜ ਤਾਂ ਬਈ ਸਨੀ ਮਸਾਂ ਲੱਭਿਆ, ਇੰਨਾ ਬਿਜ਼ੀ ਆ ਬੰਦਾ ਨਾ ਬਾਹਰੋਂ ਆ ਕੇ। ਮੈਂ ਤਾਂ ਪਿਛਲੇ ਬਈ 8 ਦਿਨ ਬਿਜ਼ੀ ਸੀ, ਉਦੋਂ ਪਹਿਲਾਂ ਜਿੱਦਣ ਦਾ ਮਾਸਟਰ ਗਿਆ ਉਦੋਂ ਤਾਂ ਹੁਣ ਕਹਿੰਗੇ ਜੀ ਹੁਣ ਮੈਂ ਵਿਹਲਾ, ਹੁਣ ਇਹਨੇ ਕੱਲ੍ਹ ਨੂੰ ਫਿਰ ਚੰਡੀਗੜ੍ਹ ਜਾਣਾ। ਦੱਸ ਗੱਲ ਆ ਯਾਰ, ਵੀ ਮਾਸਟਰ ਵਾਂਗੂ ਕਨੇਡਾ ਗਿਆ ਰੋਏਗਾ? ਉਹ ਰੋਇਆ ਐਗਤੀ ਬਾਈ, ਰੋਜ਼ ਰੋਂਦਾ। ਚੱਲ ਫਿਰ ਹੁਣ ਟਾਈਮ ਹੈ ਨਹੀਂ ਇੰਨਾ ਯਾਰ।